ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਸ਼ੋਭਿਤ ਅੱਜ ਇੱਥੇ ਬਿਰਾਜਮਾਨ ਸਾਡੇ ਮਹਾਂਪੁਰਸ਼ੋ, ਸਾਡੇ ਸੰਤ ਸਮਾਜ ਦੇ ਮਹਾਂਪੁਰਸ਼ੋ, ਸਾਡੇ ਰਾਸ਼ਟਰਪਤੀ ਜੀ, ਸਾਡੇ ਗਵਰਨਰ ਸਾਹਿਬ, ਸਾਡੇ ਚੀਫ ਮਿਨਿਸਟਰ ਸਾਹਿਬ ਰਾਜਸਥਾਨ ਦੇ, ਸਾਡੇ ਆਪਣੀ ਸਰਕਾਰ ਦੇ ਮਿਨਿਸਟਰ ਸਾਹਿਬਾਨ, MLA ਸਾਹਿਬਾਨ, MP ਸਾਹਿਬਾਨ, ਔਰ ਅੱਜ ਇੱਥੇ ਸ਼ਸ਼ੋਭਿਤ ਗੁਰੂਆਂ ਦੀ ਸੰਗਤ, ਜੋ ਕਈ ਦਿਨਾਂ ਤੋਂ ਇੱਥੇ ਤੁਸੀਂ ਹਾਜ਼ਰੀ ਭਰਦੇ ਆਏ ਹੋ, ਆਪ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਣੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ, ਸਾਡੇ ਸਾਰਿਆਂ ਤੋਂ ਲੱਖ ਲੱਖ ਵਧਾਈ ਹੋਵੇ। ਇਹ ਜਿਹੜਾ ਦਿਹਾੜਾ ਹੈ, ਕਦੇ ਕਦੇ ਹੀ ਆਉਂਦਾ ਹੈ, ਕਿਸੇ ਦੀ ਖੁਦਕਿਸਮਤੀ ਹੁੰਦੀ ਹੈ ਕਿ ਜਦੋਂ ਇਹ ਦਿਹਾੜਾ ਆਵੇ ਉਹ ਕੁਛ ਸੇਵਾ ਕਰਵਾ ਸਕਦਾ। ਮੈਨੂੰ ਯਾਦ ਹੈ, ਮੈਂ ਨਿੱਕਾ ਜਿਹਾ ਹੁੰਦਾ ਸੀ ਤੇ ਮੈਂ ਆਪਣੇ ਨਾਨਕੇ ਗਿਆ। ਮੇਰੇ ਨਾਨਕੇ ਚੂੜਲ ਨੇ ਸੰਗਰੂਰ ਜ਼ਿਲ੍ਹਾ ਸੰਗਰੂਰ ਲਹਿਰੇ ਦੇ ਕੋਲ, ਤੇ ਮੇਰੇ ਨਾਨਾ ਜੀ ਉਸ ਜ਼ਮਾਨੇ 'ਚ ਨਰਮਾ ਲਾਇਆ ਕਰਦੇ ਸੀ, ਕਪਾਹ ਹੁੰਦੀ ਸੀ ਉਦੋਂ, ਤੇ ਉਹ ਕਪਾਹ ਵੇਚ ਕੇ ਕਿਸੇ ਨੂੰ ਪੈਸੇ ਦੇ ਕੇ ਤੋੜ ਰਹੇ ਸੀ। ਸਾਡੇ ਨਾਲ ਮਕੋੜ ਸਾਹਿਬ ਗੁਰਦੁਆਰਾ ਸੀ, ਉੱਥੇ ਭੇਜ ਰਹੇ ਸੀ, ਤੇ ਮੈਂ ਪੁੱਛਿਆ ਉਹਨਾਂ ਨੂੰ ਕਿ ਨਾਨਾ ਜੀ ਆਹ ਕੀ ਕਰ ਰਹੇ ਹੋ ਤੁਸੀਂ। ਮੈਂ, ਮੇਰਾ ਘਰ 9 ਸਾਲ ਜਾਂ 8 ਸਾਲ ਦੀ ਉਮਰ ਹੋਣੀ ਆ, 10 ਸਾਲ ਦੀ, ਤੇ ਉਹ ਕਹਿੰਦੇ ਬੇਟਾ ਜਿਹੜਾ ਕੁਛ ਅੱਜ ਹੈ ਇਹ ਉੱਥੇ ਦੀ ਬਖਸ਼ਿਸ਼ ਹੈ, ਗੁਰੂਆਂ ਦੀ ਬਖਸ਼ਿਸ਼ ਹੈ, ਔਰ ਗੁਰੂ ਘਰ ਦੀ ਸੰਭਾਲ ਫਿਰ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ, ਔਰ ਦਸਵੰਧ ਭੇਜਦੇ ਸੀ ਹਰ ਸਾਲ, ਇਹ ਸਾਡਾ ਹੁਕਮ ਸੀ। ਦਸਵੰਧ ਆਪਣੀ ਪਰੰਪਰਾ ਹੈ, ਆਪਣਾ ਧਰਮ ਹੈ, ਆਪਣੇ ਸਾਰੇ। ਅੱਜ ਕਿੰਨੇ ਨੇ ਲੋਕ ਜੋ ਇਸ ਗੱਲ ਨੂੰ ਸੋਚਦੇ ਨੇ। ਤਾਂ ਮੇਰੇ ਵੀਰੋ ਮਹਾਰਾਜ ਨੇ ਇੰਨੇ ਉਦੇਸ਼ ਸਾਨੂੰ ਦਿੱਤੇ, ਸਾਡਾ ਇਹੀ ਕਿਹਾ ਕਿ ਕੋਈ ਰੱਬ ਹੈ, ਵੱਖ ਵੱਖ ਤਰੀਕੇ ਨਾਲ ਆਪਾਂ ਮਨਾਉਂਦੇ ਹਾਂ, ਕੋਈ ਮੁਸਲਮਾਨ ਆਪਣੇ ਤੌਰ 'ਤੇ ਮਨਾਉਂਦੇ ਨੇ, ਈਸਾਈ ਆਪਣੇ ਤੌਰ 'ਤੇ, ਯਹੂਦੀ ਆਪਣੇ ਤੌਰ 'ਤੇ, ਅਸੀਂ ਆਪਣੇ ਤੌਰ 'ਤੇ, ਪਰ ਰੱਬ ਇੱਕੋ ਹੀ ਹੈ, ਮਨਾਉਂਦੇ ਵੱਖ ਵੱਖ ਤਰੀਕੇ ਨਾਲ। ਇਹ ਗੱਲਾਂ ਉਦੋਂ ਲਿਖੀਆਂ ਗਈਆਂ ਸੀ, ਕਿਸੇ ਨੂੰ ਨਹੀਂ ਪਤਾ ਸੀ 500 ਸਾਲ ਪਹਿਲਾਂ ਕਿ 500 ਸਾਲ ਬਾਅਦ ਕੀ ਬਣ ਜਾਣਾ ਇੱਥੇ ਪੰਜਾਬ ਦੇ ਵਿੱਚ। ਅੱਜ ਪਰਮਾਣੂ ਸ਼ਕਤੀ ਹੈ, ਇੱਥੇ ਵੱਧ ਰਹੀ ਹੈ, ਔਰ ਮੈਂ ਧੰਨਵਾਦੀ ਹਾਂ ਸਾਡੇ ਪ੍ਰਧਾਨ ਮੰਤਰੀ ਦਾ, ਮੋਦੀ ਜੀ ਦਾ, ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਦਾ, ਜਿਨ੍ਹਾਂ ਨੇ ਇਹ ਲਾਂਘਾ ਖੁਲਵਾ ਦਿੱਤਾ ਕਰਤਾਰਪੁਰ ਨੂੰ। ਮੈਂ ਗਿਆ ਸੀ ਕੁਛ ਦਿਨ ਪਹਿਲਾਂ, ਮੱਥਾ ਟੇਕ ਕੇ ਆਇਆ ਸੀ, ਦਿਲ ਭਰਿਆ, ਉਹ ਦੇਖੀ ਉਹ ਸਥਾਨ ਜਿੱਥੇ ਸਾਡੇ ਗੁਰੂਆਂ ਨੇ ਆਪਣੇ ਅਖੀਰਲੇ ਦਿਨ ਉੱਥੇ ਗੁਜ਼ਾਰੇ ਇਸ ਦੁਨੀਆਂ 'ਚ, ਫਿਰ ਚਲੇ ਗਏ ਅਕਾਲ ਪੁਰਖ ਦੇ ਚਰਨਾਂ 'ਚ। ਔਰ ਇਹ ਪਹਿਲਾ ਕਦਮ ਹੈ ਜੋ ਪਾਕਿਸਤਾਨ ਨੇ ਚੱਕਿਆ, ਜੋ ਇੱਕ ਪਿਆਰ ਦਾ ਪੈਗਾਮ ਹੈ ਉਹਦੇ ਵਿੱਚ। ਮੈਂ ਆਸ ਕਰਦਾ ਕਿ ਇਸੇ ਤਰੀਕੇ ਨਾਲ ਨਨਕਾਣਾ ਸਾਹਿਬ, ਪੰਜਾ ਸਾਹਿਬ, ਹੋਰ ਸਾਡੇ ਬੜੇ ਗੁਰਦੁਆਰੇ ਸਾਹਿਬਾਨ ਨੇ ਉੱਥੇ,
ਉਹ ਵੀ ਖੋਲੋ ਤੁਸੀਂ, ਤਾਂ ਕਿ ਸਾਡੇ ਸੰਗਤ ਜਾ ਕੇ ਉੱਥੇ ਮੱਥਾ ਟੇਕ ਸਕੇ। ਔਰ ਮੇਰੀ ਬੇਨਤੀ ਹੈ, ਮੈਂ ਜਦੋਂ ਪ੍ਰਧਾਨ ਮੰਤਰੀ ਜੀ ਨੂੰ ਮਿਲਾਂਗਾ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੂੰਗਾ। ਉਹ ਦਿਨ ਕੀਤੀ ਸੀ ਮੈਂ ਜਿਸ ਦਿਨ ਆਏ ਸੀ ਉਰੇ, ਧੰਨਵਾਦੀ ਉਹਨਾਂ ਦੇ, ਧੰਨਵਾਦੀ ਪਾਕਿਸਤਾਨ ਦਾ ਕਿ ਇਹ ਗੱਲ ਹੋਈ ਹੈ। ਇੱਥੇ ਬੈਰ ਦੀ ਲੋੜ ਨਹੀਂ, 70 ਸਾਲ ਤੋਂ ਇੱਥੇ ਬੈਰ ਹੀ ਚੱਲਿਆ, ਗੋਲੀਆਂ ਚੱਲਦੀਆਂ ਨੇ, ਲੋਕ ਮਰਦੇ ਨੇ, ਉਹਦਾ ਕੋਈ ਫਾਇਦਾ ਨਹੀਂ। ਪਿਆਰ ਦੀ ਜਿਹੜੀ ਹੈ ਭਾਵਨਾ, ਔਰ ਅੱਜ ਦੁਨੀਆਂ ਦੇ ਵਿੱਚ ਪਿਆਰ ਦੀ ਲੋੜ ਹੈ ਸਾਨੂੰ, ਉਹ ਪਿਆਰ ਜਿਹਦੇ ਨਾਲ ਇਸ ਲੋਕ ਦਾ ਕੋਈ ਭਵਿੱਖ ਬਣੇ, ਇਸ ਦੇਸ਼ ਦੇ ਬੱਚੇ ਨੌਕਰ ਲੱਗਣ, ਉਹਨਾਂ ਦਾ ਭਵਿੱਖ ਬਣੇ, ਪਰਿਵਾਰ ਫਲਣ ਫੁੱਲਣ ਹਿੰਦੁਸਤਾਨ ਚ ਔਰ ਸਾਡੇ ਪੰਜਾਬ ਚ। ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਦੀ, ਔਰ ਉੱਥੇ ਜਿਹੜੇ ਗਏ ਹੋ ਤੁਹਾਨੂੰ ਵੀ ਵਧਾਈ, ਔਰ ਜਿਹੜੇ ਤੁਸੀਂ ਜਾਣ ਲੱਗੇ ਹੋ ਜਾਓ ਮੱਥਾ ਟੇਕੋ ਔਰ ਦੇਖੋ ਕਿੱਥੇ ਸਾਡੇ ਪਹਿਲੇ ਪਾਤਸ਼ਾਹੀ ਦੇ ਅੰਤਮ ਦਿਨ ਉੱਥੇ ਗੁਜ਼ਾਰੇ ਇਸ ਦੁਨੀਆਂ ਚ। ਅੱਜ ਅਸੀਂ ਆਪਣੇ ਤਰਫ ਤੋਂ ਪੰਜਾਬ ਸਰਕਾਰ ਨੇ ਸੁਲਤਾਨਪੁਰ ਲੋਧੀ ਜਿੱਥੇ ਮਹਾਰਾਜ ਨੇ ਇੰਨੇ ਸਾਲ ਉਹਨੇ ਗੁਜ਼ਾਰੇ, ਔਰ ਡੇਰਾ ਬਾਬਾ ਨਾਨਕ, ਅਸੀਂ ਇਹਨਾਂ ਨੂੰ ਇੱਕ ਹੈਰੀਟੇਜ ਦਾ ਪ੍ਰਦਾਨ ਦਿੱਤਾ ਗਿਆ ਹੈ, ਔਰ ਗਵਰਨਮੈਂਟ ਆਫ ਇੰਡੀਆ ਦੇ ਮਦਦ ਦੇ ਨਾਲ ਇਹ ਸਾਰੀ ਦੋਨੋਂ ਜੋੜੇ ਜਗ੍ਹਾ ਨੇ ਇਹਨਾਂ ਨੂੰ ਬੜੇ ਚੰਗੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ, ਤਾਂ ਕਿ ਇਹ ਉਹ ਨਿਸ਼ਾਨੀ ਰਹੇ ਸਾਡੇ ਪਹਿਲੇ ਪਾਤਸ਼ਾਹੀ ਦੀ, ਜਿਹੜੀ ਵੀ ਹੈ ਉਹ ਇੱਕ ਨੰਬਰ ਦੀ ਨਿਸ਼ਾਨੀ ਹੋਵੇ ਜਿਹੜੀ ਦੁਨੀਆਂ ਤੋਂ ਆ ਕੇ ਲੋਕ ਸਾਡੇ ਦੇਖ ਸਕਣ। 35,000 ਬੰਦਿਆਂ ਦਾ ਪ੍ਰਬੰਧ ਕੀਤਾ ਗਿਆ, ਉਹਦੇ ਰਹਿਣ ਦਾ ਰਿਹਾਇਸ਼ ਦਾ, ਜਿਹੜੇ ਬਾਹਰੋਂ ਆ ਰਹੇ ਨੇ ਡੇਰਾ ਬਾਬਾ ਨਾਨਕ ਵੀ ਇਹੀ, ਲੰਗਰ ਸਾਡੇ ਖੁੱਲ੍ਹੇ ਨੇ, ਸਾਡੇ ਸੰਤ ਮਹਾਤਮਾ ਆਪਣੇ ਲੰਗਰ ਲਾਏ ਹੋਏ ਨੇ, ਕੋਈ ਕਮੀ ਨਹੀਂ ਕਿਸੇ ਗੱਲ ਦੀ, ਖਾਲਸੇ ਦੀ ਤਾਂ ਕਮੀ ਹੋਈ ਨਹੀਂ ਹੁੰਦੀ, ਲੇਕਿਨ ਇੱਥੇ ਕੋਈ ਕਮੀ ਨਹੀਂ। ਤੁਸੀਂ ਆਪਣੇ ਇੱਥੇ ਰਹੋ, ਮੱਥਾ ਟੇਕੋ, ਸਿਮਰਨ ਕਰੋ। ਅਸੀਂ ਇੰਟਰਫੇਥ ਕੌਂਕਲੇਵ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਕੀਤਾ ਹੈ, ਤਾਂ ਕਿ ਧਰਮਾਂ ਨੂੰ, ਸਾਰੇ ਧਰਮਾਂ ਨੂੰ ਜੋੜ ਕੇ ਉਹਨਾਂ ਦਾ ਇੱਕ ਕਿਸਮ ਦਾ ਨਿਚੋੜ ਕੱਢ ਸਕੀਏ। ਇੱਕ ਵਿਧਾਨ ਸਭਾ ਦਾ ਅਸੀਂ ਇੱਕ ਸੈਸ਼ਨ ਬੁਲਾਇਆ ਸੀ 6 ਤਰੀਕ ਨੂੰ, ਜਿਹੜੇ ਉਪ ਰਾਸ਼ਟਰਪਤੀ ਜੀ ਆਏ ਸੀ, ਸਾਡੇ ਗਵਰਨਰ ਸਾਹਿਬ ਆਏ ਸੀ, ਔਰ ਗੁਰੂ ਸਾਹਿਬ ਦੇ ਵਾਸਤੇ ਹੀ ਸੀ, ਕੋਈ ਉੱਥੇ ਹੋਰ ਕੰਮ ਨਹੀਂ ਹੋਇਆ, ਸਿਰਫ ਗੁਰੂ ਸਾਹਿਬ ਦਾ ਵੀ ਯਾਦ ਵਾਸਤੇ, ਮਨਾਉਣ ਵਾਸਤੇ, ਰੱਖਣ ਵਾਸਤੇ। ਵਿਧਾਨ ਸਭਾ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਸਾਡੇ ਪੰਜਾਬ 'ਚ, ਉਹ ਅਸੀਂ ਉੱਥੇ ਇੱਕ ਸੈਸ਼ਨ ਕੀਤਾ ਸੀ। ਇੱਕ ਹੁਣ ਓਪਨ ਯੂਨੀਵਰਸਿਟੀ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਚ ਅਸੀਂ ਖੋਲ੍ਹ ਰਹੇ ਹਾਂ, ਤਾਂ ਕਿ ਵਿੱਦਿਆ ਹੋਰ ਇਸ ਨੂੰ ਅੱਗੇ ਲੈ ਕੇ ਜਾਈਏ। ਇੱਕ ਸਾਡੇ ਮਿਨਿਸਟਰ ਸਾਹਿਬ ਨੇ, ਚੰਨੀ ਜੀ ਮੇਰੇ ਕੋਲ ਖੜ੍ਹੇ ਨੇ, 11 ਯੂਨੀਵਰਸਿਟੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਚੇਅਰਜ਼ ਨੇ ਅਸੀਂ ਲਗਵਾ ਰਹੇ ਹਾਂ। ਈਰਾਨ ਵਿੱਚੋਂ ਵੀ ਲੋਕ ਆਏ ਸੀ, ਹੋਰ ਜਗ੍ਹਾ ਤੋਂ ਆਏ ਸੀ, ਜਿੱਥੇ ਉਹ ਚੇਅਰਜ਼ ਹੋਣਗੀਆਂ, ਔਰ ਉਹਨਾਂ ਦੀ ਜਿਹੜੀ ਸਿਖਲਾਈ ਹੈ ਉਹਦੇ 'ਤੇ ਰਿਸਰਚ ਹੋਰ ਅੱਗੇ ਹੋਏਗੀ। 11 ਯੂਨੀਵਰਸਿਟੀਆਂ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ। ਜਿਹੜੇ 550 ਬੰਦੇ ਜਿਨ੍ਹਾਂ ਨੇ, ਪੰਜਾਬੀਆਂ ਨੇ ਆਪਣਾ ਦੁਨੀਆਂ ਦੇ ਵਿੱਚ ਨਾਮ ਕਮਾਇਆ ਕਿਸੇ ਵੀ ਚੀਜ਼ 'ਚ, ਚਾਹੇ ਫੌਜ ਦੇ ਮੈਦਾਨ 'ਚ, ਚਾਹੇ ਕੋਈ ਇੰਡਸਟਰੀ ਵਿੱਚ, ਚਾਹੇ ਕੋਈ ਵਿੱਦਿਆ ਦੇ ਖੇਤਰ ਦੇ ਵਿੱਚ, ਉਹ 550 ਬੰਦਿਆਂ ਨੂੰ ਕਪੂਰਥਲੇ ਦੇ ਵਿੱਚ ਪਰਸੋਂ ਅਸੀਂ ਉਹਨਾਂ ਨੂੰ, ਉਹਨਾਂ ਦਾ ਨਾਂ ਅਸੀਂ ਐਲਾਨ ਕੀਤਾ, ਔਰ ਉਹਨਾਂ ਨੂੰ ਅਸੀਂ ਇੱਕ ਚਿੰਨ੍ਹ ਵੀ ਆਪਣਾ ਦਿੱਤਾ ਹੋਇਆ। ਇੱਕ ਪਿੰਡ ਬਾਬਾ ਨਾਨਕ ਜੀ ਦਾ ਹੁਣ ਸ਼ੁਰੂ ਹੋਣਾ, ਉਹ ਪਿੰਡ ਨੂੰ ਅਸੀਂ ਇੱਕ ਉਸ ਬਣਾਉਣਾ ਚਾਹੁੰਦੇ ਹਾਂ ਜੋ ਸਮੇਂ ਦੇ ਵਿੱਚ ਅੱਗੇ ਵਿੱਚ
ਆਪਣੇ ਆਉਣ ਵਾਲੀਆਂ ਪੀੜ੍ਹੀਆਂ ਲਈ ਉੱਥੋਂ ਅਸੀਂ ਕੁਝ ਕਰ ਸਕੀਏ। ਹੋਰ ਇਹ ਸਾਲ ਪੂਰੇ ਸਾਲ ਦੇ ਵਿੱਚ ਇਹ ਗੱਲਾਂ ਚੱਲਦੀਆਂ ਨੇ, ਅਸੀਂ ਅੱਜ ਨਹੀਂ ਮੁਕਾ ਰਹੇ, ਪੂਰੇ ਸਾਲ ਦੇ ਵਿੱਚ ਅਸੀਂ ਕਰ ਰਹੇ। ਲੇਕਿਨ ਖਾਸ ਕਰਕੇ ਮੈਂ ਦੱਸਣਾ ਚਾਹੁੰਦਾ, ਉਹ ਜਿਹੜੇ ਅੱਜ ਬਾਹਰਲੇ ਮੁਲਕਾਂ ਤੋਂ ਇੱਥੇ ਆਏ ਨੇ ਲੋਕ, ਇਹਨਾਂ ਦੀ ਇੱਕ ਮੰਗ ਸੀ ਕਿ ਇੱਕ ਸਪੈਸ਼ਲ ਫਾਸਟ ਟਰੈਕ ਜਿਹੜੇ ਅਦਾਲਤਾਂ ਨੇ ਬੜੇ ਲੰਬੀ ਕਰ ਦਿੰਦੀਆਂ ਨੇ ਗੱਲਾਂ ਨੂੰ, ਅਸੀਂ ਇਹਨੂੰ ਫਾਸਟ ਟਰੈਕ ਕਰਾਉਣਾ ਚਾਹੁੰਦੇ ਹਾਂ ਤਾਂ ਕਿ ਇੱਕ ਵਾਰ ਬੰਦਾ ਆਏ ਆਪਣਾ ਕੇਸ ਮੁਕਾ ਕੇ ਫਿਰ ਇੱਥੋਂ ਚਲਾ ਜਾਏ, ਬਾਰ ਬਾਰ ਆਉਣ ਦੀ ਲੋੜ ਨਹੀਂ। ਇਹ ਸਾਡੇ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹਨਾਂ ਦੀ ਮੰਗ ਸੀ। ਔਰ ਦੂਸਰੀ ਮੰਗ ਤਾਂ ਨਹੀਂ, ਲੇਕਿਨ ਸਾਡਾ ਫਰਜ਼ ਬਣਦਾ ਸੀ ਕਿ ਪਹਿਲੇ ਪਾਤਸ਼ਾਹੀ ਦੀ ਯਾਦ ਵਿੱਚ 550 ਕੈਦੀ ਜੋ ਸਾਡੇ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਰਾਹ ਕਰ ਰਹੇ ਹਾਂ, ਉਹਨਾਂ ਵਿੱਚੋਂ 450 ਤਾਂ ਅਸੀਂ ਹੁਣ ਛੱਡ ਰਹੇ ਹਾਂ ਔਰ ਬਾਕੀ ਸਾਲ ਦੇ ਦੌਰਾਨ ਅਸੀਂ ਇਹ 550 ਪੂਰੇ ਕਰ ਦਿੰਦੇ ਹਾਂ। ਔਰ ਸਾਡੀ ਪੁਲਿਸ ਫੋਰਸ ਜਿਹੜੀ ਸਾਰੀ ਸਵੇਰੇ ਤੋਂ ਲੈ ਕੇ ਰਾਤ ਤੱਕ ਆਪਣੀ ਡਿਊਟੀ ਨਿਭਾਉਂਦੀ ਹੈ, ਥੱਕੇ ਹੁੰਦੇ ਨੇ ਮੁੰਡੇ, ਲੇਕਿਨ ਅਸੀਂ ਉਹਨਾਂ ਦੇ ਵਾਸਤੇ ਇਸ ਦਿਨ ਨੂੰ ਯਾਦ ਰੱਖਣ ਲਈ ਤਾਂ ਕਿ ਆਪਣੇ ਪੂਰੇ ਤਖਮੇ ਲਾ ਸਕਣ, ਉਹਨੂੰ ਪ੍ਰਕਾਸ਼ ਪੁਰਬ ਤਖਮਾ, ਪ੍ਰਕਾਸ਼ ਪੁਰਬ ਮੈਡਲ ਕਹਿ ਲਓ ਜਾਂ ਤਖਮਾ ਕਹਿ ਲਓ, ਉਹ ਅਸੀਂ ਉਹਨਾਂ ਨੂੰ ਐਲਾਨ ਕਰਦੇ ਦੇਵਾਂਗੇ ਤਾਂ ਕਿ ਜੈਸੇ ਹੋਰ ਸਮਿਆਂ ਦੇ ਉੱਪਰ ਲੋਕ ਆਪਣੇ ਤਖਮੇ ਦਿੰਦੇ ਨੇ 7 ਸਾਲ ਫੌਜ ਵਿੱਚ ਜਾਂ 15 ਸਾਲ ਜਾਂ 21 ਸਾਲ, ਇੱਥੇ ਵੀ ਪਹਿਲੇ ਪਾਤਸ਼ਾਹੀ ਦੀ ਯਾਦ ਵਿੱਚ ਅਸੀਂ ਇਹ ਕਰਾਂਗੇ। ਅਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਅੱਜ ਕਿ ਸਾਡੇ ਰਾਸ਼ਟਰਪਤੀ ਜੀ ਆਏ ਨੇ, ਗਵਰਨਰ ਸਾਹਿਬ ਆਏ ਨੇ, ਔਰ ਤੁਹਾਡੇ ਸਾਰਿਆਂ ਦੀ ਕਿ ਤੁਸੀਂ ਅੱਜ ਇੱਥੇ ਬਿਰਾਜਮਾਨ ਹੋ।